ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਆਪ ਹੀ ਵੇਖ ਲਓ ਕਿ ਇਹ ਫੈਕਟਰੀਆਂ ਜਿਹੜਾ ਵੀ ਕੋਈ ਸ਼ਰਾਰਤੀ ਅਨਸਰ ਆ ਉਹਨੇ ਕਿੱਡਾ ਤਗੜਾ ਜਿਹੜਾ ਕਹਿ ਰਿਹਾ ਵੇਖੋ ਕੀਤਾ। ਆਹ ਕਿੰਨੀਆਂ ਕਿੰਨੀਆਂ ਤਗੜੀਆਂ ਮੱਛੀਆਂ ਜਿਹੜੀਆਂ ਤੜਫ ਤੜਫ ਕੇ ਬਾਹਰ ਨਿਕਲੀਆਂ ਤੇ ਬਾਹਰੋਂ ਧੂ ਕੇ ਲਿਆਏ ਆ, ਕੋਈ ਦਰਿਆ ਦੇ ਵਿੱਚੋਂ ਫੜ ਕੇ ਨਹੀਂ ਲਿਆਏ। ਤੇ ਆਹ ਵੇਖੋ, ਤੁਹਾਨੂੰ ਹੋਰ ਵੀ ਵਿਖਾਲਦੇ ਆ, ਤੁਸੀਂ ਇਸੇ ਤਰ੍ਹਾਂ ਜਿਹੜਾ ਜੁੜੇ ਰਹਿਣਾ। ਬਹੁਤ ਪਈਆਂ, ਹਾਂਜੀ ਹਾਂਜੀ ਬਹੁਤ ਪਈਆਂ ਵਿੱਚੋਂ ਆਏ ਬੰਦੇ, ਤੁਸੀਂ ਜੁੜੇ ਰਹੋ, ਤੁਹਾਨੂੰ ਹੋਰ ਵੀ ਵਿਖਾਲਦੇ ਆ। ਹਾਂਜੀ ਵਾਹਿਗੁਰੂ ਜੀ, ਆ ਪਾਣੀ ਦਾ ਰੰਗ, ਜੋ ਪਾਣੀ ਦਾ ਰੰਗ ਬਿਲਕੁਲ ਹੀ ਜਿਹੜਾ ਵਾ ਨਾ ਲਾਲ ਆ। ਅਸ਼ੋਕ ਦੱਸੋ ਕਦੋਂ ਦਾ ਤੁਹਾਨੂੰ ਇਹ ਆ ਰਿਹਾ ਪਾਣੀ? ਇਦਾਂ ਰਾਤ ਦਾ ਪਾਣੀ ਆਉਂਦਾ ਜੀ, ਰਾਤ ਦਾ ਆ ਰਿਹਾ ਤੇ ਰਾਤ ਦੀਆਂ ਮੱਛੀਆਂ ਮੰਡ ਗਈਆਂ ਹੋਣੀਆਂ। ਜੁੜੇ ਰਹੋ ਤੁਸੀਂ, ਅਸੀਂ ਬੇੜੀ ਤੇ ਚੜ ਕੇ ਹੁਣ ਜਾ ਰਹੇ ਹਾਂ, ਜਿਹੜੀਆਂ ਕਿ ਬਹੁਤ ਜ਼ਿਆਦਾ ਮੱਝਾਂ ਜਿੱਡੀਆਂ ਮੱਛੀਆਂ ਵਾ ਉਹ ਵੀ ਤੁਹਾਨੂੰ ਵਿਖਾਲਦੇ ਹਾਂ। ਵਾਹਿਗੁਰੂ ਜੀ, ਹੁਣ ਬੇੜੀ ਤੇ ਚੜ ਕੇ ਅਸੀਂ ਤੇ ਦੂਸਰੇ ਕੰਢੇ ਗਏ ਹਾਂ, ਜਿੱਧਰ ਕਿ ਆਹ ਦੇਖੋ ਤੜਫ ਤੜਫ ਕੇ ਵੱਡੀਆਂ ਵੱਡੀਆਂ ਮੱਛੀਆਂ, ਹੁਣ ਜ਼ਿਆਦਾ ਨਹੀਂ ਤੁਹਾਨੂੰ ਵਿਖਾਲ ਸਕਦੇ। ਇੱਧਰ ਨੂੰ ਚੱਲ ਜਾਂਦੇ ਇੱਕ ਪਾਸੇ ਨੂੰ ਹੀ, ਤੇ ਇਹ ਮੈਂ ਤੇ ਇਹੋ ਹੀ ਸਵਾਲ ਕਰਦਾ ਵੀ ਇਹਦਾ ਜ਼ਿੰਮੇਵਾਰ ਕੌਣ ਆ? ਬਸ ਆਹੋ, ਤੁਹਾਡਾ ਭਲਾ ਹੋ ਜੇ ਨੀ। ਆਹ ਦੇਖ ਲਓ ਜੀ, ਢੇਰੀਆਂ ਦੀਆਂ ਢੇਰੀਆਂ ਲੱਗੀਆਂ ਪਈਆਂ ਤੇ ਅਜੇ ਚੁੱਕ ਕੇ ਲੈ ਗਏ ਆ। ਤੜਫ ਤੜਫ ਕੇ ਮਰੀਆਂ ਮੱਛੀਆਂ ਪਾਣੀ ਦੇ ਵਿੱਚੋਂ ਬਾਹਰ ਨਿਕਲੀਆਂ, ਪਤਾ ਨੀ ਕੀ ਐਸਾ ਭਿਆਨਕ ਕੈਮੀਕਲ ਆ। ਵੇਖੋ ਕਿੱਡੀ ਤਗੜੀ ਮੱਛੀ ਜਿਹੜੀ ਅਸੀਂ, ਇਹ ਤਾਂ ਕੋਈ ਮੱਛੀ ਬਚਣੀ ਆ, ਮੁਸ਼ਕ ਆਉਂਦਾ ਪਿਆ ਅਸ਼ੋਕ, ਕੱਲ ਨੂੰ ਵੇਖੀ ਕੀ ਬਣਦਾ। ਇਹ ਆਹ ਦੇਖੋ ਜੀ, ਆਹ ਦੇਖੋ ਐਡਾ ਭਿਆਨਕ ਮੰਜਰ ਜਿਹੜਾ ਵਾ ਹੋ ਰਿਹਾ, ਇੱਕ ਮੌਤ ਦਾ ਤੰਡ ਵੀ ਨੱਚ ਰਿਹਾ ਵਾ ਜਿਹਨੂੰ ਕਹਿੰਦੇ ਆ। ਦੇਖੋ ਅਜੇ ਅੱਗੇ ਅੱਗੇ ਆਓ, ਤੁਹਾਨੂੰ ਦਿਖਾਲਦੇ ਹੋਰ ਅੱਗੇ। ਆਹ ਦੇਖੋ ਜੀ, ਆਹ ਦੇਖੋ ਜੀ, ਜਿੱਧਰ ਵੀ ਵੇਖਾਂਗੇ ਉੱਧਰ ਹੀ ਬਸ ਇਹੋ ਕੁਛ ਹੈ, ਜਿੱਧਰ ਵੀ ਵੇਖਾਂਗੇ। ਮੈਂ ਤਾਂ ਬਹੁਤ ਜ਼ਿਆਦਾ ਹੈਰਾਨ ਹਾਂ ਵੀ ਏਡੇ ਘਟੀਆ ਇਨਸਾਨ ਵੀ ਇਹ ਰਹਿੰਦੇ ਨੇ ਸਾਡੇ ਪੰਜਾਬ ਦੇ ਵਿੱਚ। ਸੰਗਤ ਜੀ ਆਹ ਵੇਖ ਲਓ, ਐਡੇ ਐਡੇ ਜੀਵ, ਆਹ ਪਾਣੀ ਦੇਖਦਾ ਨਾ ਲਾਲ, ਹੁਣ ਦੂਸਰੇ ਕੰਢੇ 'ਤੇ ਆਏ ਆ, ਉੱਧਰ 'ਤੇ ਗੰਦ ਮੰਦ ਬਹੁਤ ਜ਼ਿਆਦਾ ਪਾਇਆ ਇਹਨਾਂ ਲੋਕਾਂ ਨੇ, ਮਹਾਂ ਹਟਾਈ ਦਾ ਇਹਨਾਂ ਨੂੰ, ਫੇਰ ਵੀ ਨਹੀਂ ਹਟਦੇ। ਦਰਿਆ ਪਾਰ ਕਰਕੇ ਆਏਗੇ ਹੁਣ, ਉਹ ਪਰਲੇ ਪਾਸੇ ਬਹੁਤ ਜ਼ਿਆਦਾ ਮੱਛੀ, ਕਿਉਂਕਿ ਪਾਣੀ ਉੱਧਰ ਥੋੜ੍ਹਾ ਵਾ, ਅਤੇ ਐਡਾ ਐਡਾ ਵੱਡਾ ਜਿਹੜਾ ਕਹਿਰ ਕੀਤਾ ਵਾ ਇਹਨਾਂ ਜੀਵਾਂ ਦੇ ਉੱਤੇ, ਅਤੇ ਇਹਦਾ ਕੌਣ ਜ਼ਿੰਮੇਵਾਰ ਆ? ਦੇਖਦੇ ਹਾਂ ਹੁਣ ਵੀ ਪ੍ਰਸ਼ਾਸਨ ਕੀ ਕਰਦਾ ਵਾ, ਕੀ ਕੱਲ੍ਹ ਦੀਆਂ ਨਿਊਜ਼ਾਂ ਦੇ ਵਿੱਚ ਛਪਦਾ ਵਾ ਵੀ ਇਹ ਜਿੰਨੇ ਵੀ ਇਹ ਗਲਤੀ ਕੀਤੀ ਆ ਉਹਦੇ 'ਤੇ ਕਾਰਵਾਈ ਹੋਈ ਕਿ ਨਹੀਂ ਹੋਈ, ਕਿ ਵੱਡੇ ਵੱਡੇ ਅਫਸਰਾਂ ਦੇ ਜਿਹੜੇ ਆ ਜੇਬਾਂ ਦੇ ਨੋਟਾਂ ਦੇ ਨਾਲ ਭਰੀਆਂ ਜਾਣਗੀਆਂ, ਕਿ ਕਾਰਵਾਈ ਹੋਊਗੀ, ਕਿ ਇਹਨਾਂ ਜੀਵਾਂ ਦੀ ਸੁਣੀ ਜਾਊਗੀ? ਇਹ ਕੱਲ੍ਹ ਨੂੰ ਜਿਹੜਾ ਵਾ ਪਤਾ ਲੱਗੂਗਾ ਨਿਊਜ਼ਾਂ ਦੇ ਵਿੱਚ ਵੀ ਇਹ ਕਾਰਵਾਈ ਹੋਈ ਆ ਕਿ ਪੈਸਾ ਚੁੱਕਿਆ ਗਿਆ ਵਾ, ਕਿਉਂਕਿ ਇਹ ਇੰਨਾ ਕਤਲ ਆਮ ਹੋਇਆ ਵਾ ਜਿਹੜਾ, ਇਹਦਾ ਜਿਹੜਾ ਜ਼ਿੰਮੇਵਾਰ ਬੰਦਾ ਵਾ ਉਹਨੂੰ ਹਰ ਹਾਲਤ ਦੇ ਵਿੱਚ ਸਜ਼ਾ ਮਿਲਣੀ ਚਾਹੀਦੀ ਆ। ਜੇ ਤਾਂ ਸਰਕਾਰ ਨੇ ਕੈਪਟਨ ਨੇ ਉਹਨੂੰ ਸਜ਼ਾ ਦੇ ਦਿੱਤੀ ਠੀਕ ਆ, ਜੇ ਨਹੀਂ ਸਜ਼ਾ ਦਿੱਤੀ ਤਾਂ ਇਹਦਾ ਸਾਫ਼ ਹੀ ਇਹ ਮਤਬਲਿਆ ਕਿ ਇਹਨਾਂ ਨੇ ਜਿਹੜਾ ਵਾ ਪੈਸਿਆਂ ਦੇ ਨਾਲ ਜੇਬਾਂ ਜਿਹੜੀਆਂ ਭਰ ਲਈਆਂ ਵਾ। ਅਤੇ ਮੈਂ ਵੀਡੀਓ ਨੂੰ ਬੰਦ ਕਰਦੇ ਲੱਗਾ ਜੀ, ਕਿਉਂਕਿ ਬਹੁਤ ਜ਼ਿਆਦਾ ਅਸੀਂ ਤਾਂ ਹੁਣ ਸਾਰੇ ਦਰਿਆ ਦਾ ਜਿਹੜਾ ਦੌਰਾ ਕਰਨਾ ਵਾ ਅੱਗੇ ਤੱਕ, ਅਤੇ ਵੀਡੀਓ ਫਿਰ ਲੰਮੀ ਹੋ ਜਾਣੀ ਆ। ਆ ਪਾਣੀ ਵੇਖੋ, ਮੱਛੀ ਤੜਫ ਤੜਫ ਕੇ ਮਰ ਗਈ ਆ, ਅੱਗੇ ਉੱਥੇ ਦੇ ਬਹੁਤ ਜ਼ਿਆਦਾ ਢੇਰ ਲੱਗਾ ਵਾ, ਉਹ ਮੈਂ ਹੁਣ ਨਹੀਂ ਤੁਹਾਨੂੰ ਵਿਖਾਲ ਸਕਦਾ। ਹਾਜ਼ਰੀ ਨੂੰ ਪ੍ਰਵਾਨ ਕਰੋ ਜੀ, ਬੜਾ ਦੁੱਖ ਹੋਇਆ ਅੱਜ। ਆਪ ਜੀ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।